फोट कमली ना होवे। मैनू पता ही आ भी तेरे मापे कुछ करन जोगे है नहीं, कुछ लाउन जोगे है नहीं, ता ही मैं इस रिश्ते की गल की। चुन्नी चढ़ा के लै जाणगे। खादा मम्मी आ थोड़ा भी सरे ही पिया कहण वाला। आ एक बारी सोच तो लेंदे तुसी, गल तो वह आ भी जिहदी कोठी दाणे उहदे कमले भी सियाणे। मैनू इउं दस भी जैली च खराबी की आ। करना की है मासी जी, बस लंच दी तैयारी करन लगी हुई सी। मैं हाय हाय कर ली गई। तेरी दीदी किथे आ? कुछ नहीं मासी जी, खुशू नहीं हो, वो खेड़दा खेड़दा ना कपड़े उधेड़ ले सी उन्हें अपने, उन्नू दीदी सिलाइयां लान लगे हुए है। है भी बहुत शरारती ना ही खुशू वा, पर हर वक्त जे उन्नू माड़ा जिहा कुछ कह दो बस जदे चिड़ जांदा भी मैनू इन्नी गल कह क्यों दित्ती। वो तो गल ठीक है तुहाडी, पर अजकल दे बच्चे शरारती वधिया लगदे है। जे तैनू शरारती बच्चे वधिया लगदे, मैनू तां आपत बहुत वधिया लगदे, मैनू तां तूं वी वधिया लगदी। इन्ना कम करदीआं, तेरे जिन्ना कम किहने कर लैणा है, इन्ना सोहणा कम करदीआं, नाले तूं इन्नी सोहणी सुनखी, परमात्मा ने तैनू किन्ना रंग रूप दित्ता, हर पक्खों पूरीआं कास दा टिक्का ला के रख्या कर, किते नज़र ना लग जाए मेरी धी। दस किवें शर्मा गई? मैं तां ही सोचिआ वी तैनू मैं तां आपदी धी बना लैणा। मैं तां हुण वी तुहाडी धी आ मासी जी। वो तां ठीक है, पर मैं तैनू अपने पक्की होई धी बनाउणा चाहुंदी आ। ओह किवें? मैं समझी नहीं तुहाडी गल। तूं समझ वी नहीं सकदी। मैनू इह दस वी तेरे वास्ते तेरे मम्मी डैडी ने रिश्ता देखिआ कोई कि नहीं? पता नहीं, ओह इदां दी गल्लां मेरे नाल करदे वी नहीं। जिहड़ा धी पुत कहिणे च होवे ना बेटा, ओहदे मापे वी बेफिकर हुंदे ने। ਲਿਆ ਐਂ ਕਰ, ਹੁਣ ਤੇਰੀ ਦੀਦੀ ਤਾਂ ਉੱਪਰ ਗਈ ਹੈ, ਲਿਆ ਮੈਂ ਤੇਰੇ ਨਾਲ ਕੰਮ ਕਰਾ ਦਾਂ, ਹੱਥ ਬਟਾ ਦਾ, ਮੈਂ ਭਾਂਡੇ ਮਾਂਜ ਲੈਣੀ ਆ ਤੇ ਤੂੰ ਹੋਰ ਕੰਮ ਕਰ ਲਾ। ਕੋਈ ਨਹੀਂ ਮਾਸੀ ਜੀ, ਮੈਂ ਆਪੇ ਕਰ ਦੂੰਗੀ, ਤੁਸੀਂ ਰਹਿਣ ਦਿਓ। ਉਹ ਕੋਈ ਨਾ, ਨਹੀਂ ਨਹੀਂ ਰਹਿਣ ਦਿਓ, ਮੈਂ ਕਰ ਦੂੰਗੀ ਆਪੇ। ਆਹ ਤਾਂ ਪੁੱਤ ਤੂੰ ਸਾਰਾ ਹੀ ਘਰ ਦਾ ਕੰਮ ਸਾਂਭ ਲੈਣੀ ਹੈ। ਅੱਛਾ ਤੇਰੇ ਨਾਲ ਇੱਕ ਸੁਭਾਈਕੀ ਜੀ ਗੱਲ ਕਰਨੀ ਸੀ ਮੈਂ। ਦੱਸ ਬੇਬੇ। ਤੇਰੀ ਸਾਲੀ ਆ ਰਿੰਕੀ, ਇਹ ਕਿੱਦਾਂ ਦੀ ਕੁੜੀ ਆ? ਤੇਰੇ ਸਹੁਰਿਆਂ ਨੇ ਕੋਈ ਮੁੰਡਾ ਨਹੀਂ ਦੇਖਿਆ ਇਹਦੇ ਵਾਸਤੇ? ਪਤਾ ਨਹੀਂ, ਮੈਂ ਤਾਂ ਬੇਬੇ ਖਿਆਲ ਨਹੀਂ ਕੀਤਾ ਹੈਗਾ, ਨਾਲੇ ਇਹ ਕੰਮ ਤਾਂ ਉਹਦੇ ਮਾਂ ਬਾਪ ਦੇ ਹੈ, ਉਹਨਾਂ ਨੇ ਦੇਖਣਾ। ਪਰ ਅੱਗੇ ਵੀ ਜ਼ਰੂਰ ਕਹਿੰਦੀ ਹੁੰਦੀ ਆ ਵੀ ਮੇਰੀ ਭੈਣ ਇੰਨੀ ਪੜ੍ਹੀ ਲਿਖੀ ਸੋਹਣੀ ਸੁਨੱਖੀ ਹੈ ਵੀ ਇਹਦਾ ਰਿਸ਼ਤਾ ਤਾਂ ਅਸੀਂ ਇੱਥੇ ਕਰਨਾ ਹੀ ਨਹੀਂ, ਕਿਤੇ ਬਾਹਰ ਹੀ ਲੱਭਾਂਗੇ ਇਹਦੇ ਵਾਸਤੇ ਦਾ ਮੁੰਡਾ। ਕੈਵੀ ਦਾ ਵੀ ਦਿਮਾਗ ਖਰਾਬ ਆ, ਉਹਨੂੰ ਪਤਾ ਨਹੀਂ ਅਕਲ ਕਦੋਂ ਆਊਗੀ। ਬਾਹਰ ਨੋਬੜ ਬੰਦੇ ਦੇਖ ਕੇ ਰਿਸ਼ਤਾ ਕਰਕੇ ਕੁੜੀ ਦੀ ਜ਼ਿੰਦਗੀ ਖਰਾਬ ਕਰਨੀ ਆ, ਰੁੱਲਣੀ ਆ ਕੁੜੀ। ਭਰੋਸਾ ਤਾਂ ਹੁਣ ਇੱਥੇ ਵਾਲੇ ਲੋਕਾਂ ਦਾ ਵੀ ਹੈ ਨਹੀਂ ਕੋਈ, ਉਹਨਾਂ ਦਾ ਕਿਹੜਾ ਕੋਈ ਭੇਦ ਆਉਂਦਾ, ਨਾਲੇ ਅਗਲਿਆਂ ਦੀ ਕੁੜੀ ਹੈ, ਅਗਲਿਆਂ ਨੇ ਦੇਖਣਾ। ਹੋ ਸਕਦਾ ਕਿ ਉਹਨਾਂ ਦੀ ਰਿਸ਼ਤੇਦਾਰੀ 'ਚੋਂ ਕੋਈ ਬਾਹਰਲਾ ਮੁੰਡਾ ਲੱਭ ਜਾਵੇ। ਆਪਾਂ ਤਾਂ ਉਹਨਾਂ ਦੀ ਹਾਂ 'ਚ ਹਾਂ ਹੀ ਮਿਲਾਉਣੀ ਆ, ਕਿਉਂਕਿ ਮਾਪਿਆਂ ਨੇ ਆਪਦੀ ਧੀ ਵਾਸਤੇ 100 ਪੜਤੇ ਲਾਏ ਹੁੰਦੇ ਨੇ। ਇੱਕ ਪੜਤਾ ਜੇ ਮੈਂ ਵੀ ਪਾ ਦੇਵਾਂ ਫਿਰ ਤੇਰੀ ਕੀ ਰਾਏ ਆ ਜੇ ਰਿਸ਼ਤਾ ਆਪਾਂ ਕਰਾ ਦਈਏ? ਆਪਾਂ ਤਾਂ 10 ਪਾ ਸਕਦੇ ਹਾਂ, ਅੱਗੇ ਅਗਲਿਆਂ ਦੀ ਮਰਜ਼ੀ। ਨਾਲੇ ਇਹੋ ਜਿਹੀਆਂ ਜਿਹੜੀਆਂ ਗੱਲਾਂ ਨਾ ਤੂੰ ਗੈਵੀ ਨਾਲ ਹੀ ਕਰ ਲਾ ਸਿੱਧੀਆਂ, ਬਾਬਾ ਤੂੰ ਮੈਨੂੰ ਨਾ ਵਿੱਚ ਪਾ, ਉਹਨੇ ਦੇਖਣਾ ਆਪਦੀ ਭੈਣ ਬਾਰੇ ਕੀ ਚੰਗਾ ਕੀ ਮਾੜਾ। ਚੱਲ ਬੁਲਾ ਲਈ ਉਹਨੂੰ ਹੁਣ। ਗੈਵੀ ਉਰੇ ਆ ਪੁੱਤ। ਹਾਂਜੀ ਮੰਮੀ ਜੀ, ਕੀ ਗੱਲ ਹੋ ਗਈ? ਗੈਵੀ ਮੈਂ ਤੇਰੀ ਭੈਣ ਰਿੰਕੀ ਵਾਸਤੇ ਨਾ ਇੱਕ ਰਿਸ਼ਤਾ ਸੋਚਿਆ, ਬਾਹਲਾ ਹੀ ਵਧੀਆ, ਇੰਨੀਆਂ ਕੋਠੀਆਂ ਕਾਰਾਂ ਜਾਇਦਾਦ ਜ਼ਮੀਨਾਂ ਹਰ ਚੀਜ਼ ਆ ਉਹਨਾਂ ਦੇ ਘਰ, ਰਾਜ ਕਰੂ ਕੁੜੀ ਰਾਜ। ਉਹ ਤਾਂ ਤੁਹਾਡੀ ਗੱਲ ਠੀਕ ਆ ਮੰਮੀ, ਪਰ ਮੇਰੇ ਪੇਕੇ ਨਾ ਇੰਨੇ ਉੱਚਿਆਂ ਨਾਲ ਮੱਥਾ ਲਾ ਨਹੀਂ ਸਕਦੇ ਹੈਗੇ, ਅਸੀਂ ਆਪਦਾ ਘਰ ਦੇਖ ਕੇ ਫੇਰ ਹੀ ਪੈਰ ਪਸਾਰਨੇ ਆ। ਫੋਟ ਕਮਲੀ ਨਾ ਹੋਵੇ, ਮੈਨੂੰ ਪਤਾ ਹੀ ਆ ਵੀ ਤੇਰੇ ਮਾਪੇ ਕੁਛ ਕਰਨ ਜੋਗੇ ਹੈ ਨਹੀਂ, ਕੁਛ ਲਾਉਣ ਜੋਗੇ ਹੈ ਨਹੀਂ, ਤਾਂ ਹੀ ਮੈਂ ਇਸ ਰਿਸ਼ਤੇ ਦੀ ਗੱਲ ਕੀਤੀ ਆ, ਉਹ ਤਾਂ ਚੁੰਨੀ ਚੜਾ ਕੇ ਲੈ ਜਾਣਗੇ। ਪਰ ਮੰਮੀ ਅਸੀਂ ਨਾ ਰਿੰਕੀ ਨਾਲ ਧੱਕਾ ਨਹੀਂ ਕਰਨਾ ਹੈਗਾ, ਉਹਦੀ ਇੱਛਾ ਬਾਹਰ ਜਾਣ ਦੀ ਆ। ਬਾਹਰ? ਬਾਹਰ ਤਾਂ ਜਿੱਥੇ ਮਰਜ਼ੀ ਤੁਰੀ ਫਿਰੇ, ਇੰਨਾ ਪੈਸਾ ਉਹਨਾਂ ਕੋਲ ਤਾਂ, ਉਹ ਤਾਂ ਧਰ ਧਰ ਭੁੱਲਦੇ ਨੇ, ਜਿੱਥੇ ਮਰਜ਼ੀ ਲੈ ਜਾਵੇ ਬਾਹਰ ਮੁੰਡੇ ਨੂੰ। ਅੱਛਾ ਮੰਮੀ ਕਿਹਦੀ ਗੱਲ ਕਰਦੇ ਆ ਤੁਸੀਂ? ਮੈਂ ਤਾਂ ਪਿੰਡ ਵਾਲੇ ਆਪਦੇ ਭਤੀਜੇ ਜੈਲੀ ਦੀ ਦੱਸ ਪਾਉਣ ਲੱਗੀ ਆ। ਹੈ ਜੈਲੀ? ਉਹ ਆਪਣੇ ਪਿੰਡ ਵਾਲੇ ਮੱਗਰ ਮਾਮੇ ਦਾ ਮੁੰਡਾ? ਹਾਂ ਹਾਂ ਉਹਦੀਆਂ ਗੱਲ ਕਰਦੀ ਆ। ਉਹ ਹੱਦ ਆ ਮੰਮੀ, ਆ ਤੁਹਾਡਾ ਵੀ ਸਰਿਆ ਹੀ ਪਿਆ ਕਹਿਣ ਵਾਲਾ। ਆ ਇੱਕ ਵਾਰੀ ਸੋਚ ਤਾਂ ਲੈਂਦੇ ਤੁਸੀਂ, ਗੱਲ ਤਾਂ ਉਹ ਆ ਵੀ ਜਿਹਦੀ ਕੋਠੀ ਦਾਣੇ ਉਹਦੇ ਕਮਲੇ ਵੀ ਸਿਆਣੇ, ਆ ਮੇਰੀ ਭੈਣ ਦੀ ਜ਼ਿੰਦਗੀ ਤੁਸੀਂ ਰੋਲਣੀ ਆ, ਤੁਹਾਨੂੰ ਪਤਾ ਨਹੀਂ ਵੀ ਉਹ ਕਿਹੋ ਜਿਹਾ ਮੁੰਡਾ ਆ?
ਮੈਨੂੰ ਇਹ ਦੱਸ ਵੀ ਜੈਲੀ ਚ ਖਰਾਬੀ ਕੀ ਆ ਆ ਮੈਨੂੰ ਤੁਹਾਨੂੰ ਦੱਸਣ ਦੀ ਲੋੜ ਆ ਦੱਸੋ ਆ ਖਰਾਬੀ ਹੀ ਖਰਾਬੀ ਆ ਮੁੰਡੇ ਚ ਇੱਕ ਨੰਬਰ ਦਾ ਨਸ਼ੇੜੀ ਆ ਨਸ਼ੇੜੀ ਫੇਰ ਕੀ ਹੋ ਗਿਆ ਜੇ ਮਾੜਾ ਮੋਟਾ ਖਾਂਦਾ ਪੀਂਦਾ ਵੱਡੇ ਘਰਾਂ ਦੇ ਮੁੰਡੇ ਮਾੜਾ ਮੋਟਾ ਖਾਂਦੇ ਪੀਂਦੇ ਹੀ ਹੁੰਦੇ ਨੇ ਤੇਰੀ ਭੈਣ ਉੱਥੇ ਭੁੱਖੀ ਨਹੀਂ ਮਰਦੀ ਰਾਜ ਕਰੂਗੀ ਰਾਜ ਸਵਾਹ ਰਾਜ ਕਰੂਗੀ ਆ ਪਤਾ ਹੀ ਆ ਆ ਜਿਹੜੀਆਂ ਨਸ਼ੇੜੀਆਂ ਦੀਆਂ ਘਰ ਵਾਲੀਆਂ ਹੁੰਦੀਆਂ ਨੇ ਕਿੰਨਾ ਕੁ ਰਾਜ ਕਰਦੀਆਂ ਨੇ ਨਾਲੇ ਕਹਿੰਦੇ ਨੇ ਵੀ ਸਿਆਣੇ ਵੀ ਆਹ ਨਸ਼ੇ ਕਰਕੇ ਘਰਾਂ ਦੇ ਘਰ ਖਾਲੀ ਹੋ ਜਾਂਦੇ ਨੇ ਕੁੜੀ ਸੁਧਾਰਨ ਵਾਲੀ ਹੋਵੇ ਤਾਂ ਵਿਆਹ ਤੋਂ ਬਾਅਦ ਕਈ ਮੁੰਡੇ ਸੁਧਰ ਵੀ ਜਾਂਦੇ ਨੇ ਤੇ ਜੇ ਮੁੰਡਾ ਵਿਆਹ ਤੋਂ ਬਾਅਦ ਵੀ ਨਾ ਸੁਧਰਿਆ ਫਿਰ ਮੈਂ ਤਾਂ ਹੈਰਾਨ ਆ ਇਹੋ ਜਿਹੇ ਮਾਪਿਆਂ ਤੇ ਜਿਹੜੇ ਆਪਦੇ ਨਸ਼ੇੜੀ ਮੁੰਡੇ ਦਾ ਵਿਆਹ ਇਹ ਸੋਚ ਕੇ ਕਰ ਦਿੰਦੇ ਨੇ ਵੀ ਵਿਆਹ ਤੋਂ ਬਾਅਦ ਇਹ ਸੁਧਰ ਜਾਊ ਜਿਵੇਂ ਕਿ ਕਿਸੇ ਦੀ ਧੀ ਨਾ ਆ ਧੀ ਨਾ ਹੋ ਕੇ ਐਕਸਪੈਰੀਮੈਂਟ ਦੀ ਚੀਜ਼ ਹੁੰਦੀ ਆ ਆਹ ਵਧੀਆ ਵੀ ਮੁੰਡਾ ਵਿਆਹ ਦੋ ਜੇ ਸੁਧਰ ਗਿਆ ਤਾਂ ਠੀਕ ਆ ਜੇ ਨਾ ਸੁਧਰਿਆ ਤਾਂ ਉਹ ਬਗਾਨੀ ਧੀ ਨਾ ਸਾਰੀ ਦੀ ਸਾਰੀ ਉਮਰ ਰੁਲਦੀ ਹੋਈ ਰਵੇ ਮੇਰੀ ਗੱਲ ਸੁਣ ਪੰਜੇ ਉਂਗਲਾਂ ਵੀ ਬਰਾਬਰ ਨਹੀਂ ਹੁੰਦੀਆਂ ਖਾਂਦੇ ਟਾਈਮ ਤਾਂ ਉਹ ਵੀ ਹੋ ਜਾਂਦੀਆਂ ਨੇ ਨਾ ਤੁਸੀਂ ਆਹ ਮੁੰਡੇ ਦੀ ਲੈਣੇ ਹੋ ਗਰੰਟੀ ਵੀ ਵਿਆਹ ਤੋਂ ਬਾਅਦ ਸੁਧਰ ਜੂ ਮੰਮੀ ਤੁਹਾਨੂੰ ਇਹ ਕਹਿਣ ਲੱਗੇ 100 ਵਾਰੀ ਨਹੀਂ ਘੱਟੋ ਘੱਟ 1000 ਵਾਰੀ ਸੋਚਣਾ ਚਾਹੀਦਾ ਸੀ ਸਾਡੇ 'ਚ ਇੱਕੋ ਹੀ ਕਮੀ ਹੈ ਨਾ ਵੀ ਅਸੀਂ ਪੈਸੇ ਵੰਨੀਓ ਕਮਜ਼ੋਰ ਆ ਇਦੋਂ ਬਿਨਾਂ ਤਾਂ ਕੋਈ ਹੋਰ ਨਹੀਂ ਮੇਰੀ ਭੈਣ ਕਿੰਨੀ ਗੁਣਵਾਨ ਆ ਤੁਸੀਂ ਇਹ ਸੋਚ ਕਿੱਦਾਂ ਵੀ ਲਿਆ ਵੀ ਅਸੀਂ ਇੱਕ ਨਸ਼ੇੜੀ ਨਾਲ ਉਹਦਾ ਵਿਆਹ ਕਰ ਦੇਵਾਂਗੇ ਚਲੋ ਸਾਡੀ ਗੱਲ ਤਾਂ ਮੰਮੀ ਛੱਡੋ ਤੁਸੀਂ ਆਪਦੀ ਗੱਲ ਦੱਸੋ ਜੇ ਤੁਹਾਡੇ ਧੀ ਹੁੰਦੀ ਤਾਂ ਤੁਸੀਂ ਇਹੋ ਜਿਹੇ ਨਸ਼ੇੜੀ ਨਾਲ ਉਹਦਾ ਵਿਆਹ ਕਰ ਦਿੰਦੇ ਮੰਮੀ ਫਿਰ ਸਾਰੀਆਂ ਧੀਆਂ ਹੁੰਦੀਆਂ ਤਾਂ ਸਾਂਝੀਆਂ ਹੀ ਨੇ ਨਾ ਜੇ ਆਪਾਂ ਆਪਦੀ ਧੀ ਨੂੰ ਇਹੋ ਜਿਹੇ ਦੁੱਖ 'ਚ ਨਹੀਂ ਸਿੱਟ ਸਕਦੇ ਤਾਂ ਫਿਰ ਆਪਾਂ ਦੂਜੇ ਦੀ ਧੀ ਦਾ ਬੁਰਾ ਕਿਉਂ ਸੋਚਦੇ ਹਾਂ ਸਗੋਂ ਤੁਸੀਂ ਮੱਗਰ ਮਾਮੇ ਨੂੰ ਕਹੋ ਵੀ ਇਹਦਾ ਵਿਆਹ ਕਰਨ ਦੀ ਬਜਾਏ ਇਹਦਾ ਪਹਿਲਾਂ ਇਲਾਜ ਕਰਾਓ ਤੂੰ ਸਹੀ ਕਹਿੰਦੀ ਆ ਧੀ ਹੈ ਹੁਣੇ ਤੇਰੇ ਮਾਮੇ ਨੂੰ ਮੈਂ ਫੋਨ ਕਰਦੀ ਹਾਂ ਵੀ ਇਹਦਾ ਵਿਆਹ ਕਰਨ ਤੋਂ ਪਹਿਲਾਂ ਇਹਨੂੰ ਸਹੀ ਕਰ ਤਾਂ ਕਿ ਕੋਈ ਬਗਾਨੀ ਧੀ ਆ ਕੇ ਕੰਧਾਂ 'ਚ ਟੱਕਰਾਂ ਨਾ ਮਾਰਦੀ ਫਿਰ ਉਹਦੀ ਜ਼ਿੰਦਗੀ ਖਰਾਬ ਨਾ ਹੋਵੇ ਅੱਜ ਕੱਲ੍ਹ ਦੁਨੀਆ ਦੇ ਵਿੱਚ ਬਹੁਤ ਸਾਰੇ ਐਕਸਪੈਰੀਮੈਂਟ ਹੋ ਰਹੇ ਨੇ ਬਹੁਤ ਤਰੱਕੀ ਹੋ ਗਈ ਪਰ ਮੇਰੀ ਸਾਰਿਆਂ ਦੇ ਅੱਗੇ ਹੱਥ ਜੋੜ ਕੇ ਬੇਨਤੀ ਹੈ ਕਿ ਕਿਸੇ ਵਿਚਾਰੀ ਜਿਉਂਦੀ ਜਾਨ ਧੀ ਨੂੰ ਐਕਸਪੈਰੀਮੈਂਟ ਵਜੋਂ ਆਪਣੇ ਨਿਕੰਮੇ ਪੁੱਤ ਨਾਲ ਵਿਆਹਣ ਬਾਰੇ ਨਾ ਸੋਚਿਓ ਅਤੇ ਇਸ ਫਿਲਮ ਨੂੰ ਸ਼ੇਅਰ ਕਰ ਦਿਓ ਜੇਕਰ ਤੁਸੀਂ ਵੀ ਅਜਿਹੇ ਸੰਤਾਪ ਦੇ ਵਿੱਚੋਂ ਲੰਘ ਰਹੇ ਹੋ ਜਾਂ ਤੁਹਾਡੀ ਬੇਟੀ ਭੈਣ ਜਾਂ ਕੋਈ ਆਸੇ ਪਾਸੇ ਰਿਸ਼ਤੇਦਾਰ ਲੜਕੀ ਇਸ ਨਸ਼ੇੜੀ ਦੇ ਕਿਸੇ ਦੇ ਲੱਗ ਕੇ ਦੁੱਖ ਚੱਲ ਰਹੀ ਹੈ ਤਾਂ ਇਸ ਫਿਲਮ ਨੂੰ ਸ਼ੇਅਰ ਕਰ ਲਿਓ ਅਤੇ ਕਮੈਂਟਸ ਰਾਹੀਂ ਆਪਣੇ ਵਿਚਾਰ ਸਾਡੇ ਨਾਲ ਸ਼ੇਅਰ ਜ਼ਰੂਰ ਕਰ ਲਿਓ ਜੇਕਰ ਤੁਸੀਂ ਪਰਿਵਾਰਕ ਫਿਲਮਾਂ ਵੇਖਣਾ ਚਾਹੁੰਦੇ ਹੋ ਸਾਡਾ ਇੱਕ ਪਰਿਵਾਰਕ ਚੈਨਲ ਮਿਸਟਰ ਮਿਸਿਜ਼ ਵਿਰਦੀ ਜ਼ਰੂਰ ਵੇਖੋ